ਹੈਲੋ। ਹੈਲੋ, ਹਾਂਜੀ ਬਾਈ ਜੀ। ਹਾਂਜੀ ਹਾਂਜੀ, ਕੀ ਹਾਲ ਜੀ? ਵਧੀਆ ਵਧੀਆ ਜੀ, ਹੋਰ ਸੁਣਾਓ ਜੀ, ਠੀਕ ਠਾਕ ਹੋ ਬਾਈ ਜੀ? ਬਸ ਵਧੀਆ ਵਧੀਆ। ਇੱਕੋ ਮਿੰਟ ਹੋਲਡ ਰੱਖਿਓ ਜੀ, ਇੱਕੋ ਮਿੰਟ। ਠੀਕ ਹੈ ਜੀ। ਹਾਂਜੀ ਹਾਂਜੀ ਬਾਈ ਜੀ। ਹਾਂਜੀ ਬਾਈ ਜੀ, ਕੀ ਹਾਲ ਹੈ ਜੀ? ਵਧੀਆ ਵਧੀਆ, ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ, ਮੇਰਾ ਪਿੰਡ ਬਾਹਮ ਆ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ। ਅੱਛਾ, ਮੁਕਤਸਰ ਸਾਹਿਬ ਤੋਂ ਗੱਲ ਕਰ ਰਹੇ ਹੋ? ਹਾਂਜੀ 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 ਬਾਈ, ਦੱਸੋ ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਕਿਸਾਨ ਜੂਨੀਅਰ ਵਿਕਯੂ ਕਦਗਾਂ 'ਚ ਹੀ ਕੰਮ ਕਰਦਾ। ਅੱਛਾ ਜੀ। ਭਾਈ ਦਾ ਪ੍ਰਧਾਨ ਵੀ ਆਪਣੇ ਪਿੰਡ ਤੋਂ। ਠੀਕ ਹੈ ਜੀ। ਤੇ ਤੁਹਾਡੀਆਂ ਕਾਫੀ ਵੀਡੀਓ ਵੇਖੀ ਦੀਆਂ ਜੀ, ਆਹ ਬਾਈ ਵਸ ਗ੍ਰੇਸ਼ਨ ਤੇ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਬਾਈ। ਹਾਂ ਹਾਂ, ਤੇ ਚਲੋ ਵੇਖ ਕੇ, ਆਪਾਂ ਨੂੰ ਪਤਾ ਹੀ ਬੜਾ ਚਿੰਤਾ ਦਾ ਵਿਸ਼ਾ ਹੈ ਅੱਜ ਦੇ ਟਾਈਮ ਦੇ ਵਿੱਚ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਤੇ ਇਹਦੇ 'ਚ ਅਸਲ ਪਤਾ ਕਾਰਨ ਕੀ ਹੈ ਬਾਈ ਜੀ? ਇਹਦੇ 'ਚ ਹਾਂਜੀ, ਜਿੰਨਾ ਕੁ ਮੈਂ ਸਿੱਖਿਆ, ਮਤਲਬ ਕਿ ਯੂਨੀਅਨ ਦੀਆਂ ਮੀਟਿੰਗਾਂ 'ਚ ਵੀ ਜਾਈਦਾ, ਉੱਥੋਂ ਹੀ ਪਤਾ ਲੱਗਦਾ। ਹਾਂਜੀ, ਕਿਉਂਕਿ ਉੱਥੇ ਬੜੇ ਜਿਹੜੇ ਜਿਨ੍ਹਾਂ ਨੇ ਮਤਲਬ ਕਿ ਬੜੀ ਪੜ੍ਹਾਈ ਕੀਤੀ ਹੋਈ, ਬੜੇ ਬਈ ਮੈਂ ਕਹਿ ਨਾ ਸਕਦਾ ਯੂਨੀਅਨ ਦੇ ਵਿੱਚ ਬੜੇ ਬੰਦੇ ਬੈਠੇ ਜਿਹੜੇ ਆਪਣੇ ਪੜ੍ਹੇ ਲਿਖੇ ਆ ਜੀ ਜੀ, ਜਿਹੜੇ ਬੜੇ ਡੂੰਘਾ ਚੱਲਦੇ ਆ ਜੀ, ਤੇ ਉੱਥੋਂ ਇਹੀ ਚੀਜ਼ਾਂ ਦਾ ਸਿੱਧ ਹੁੰਦੀਆਂ ਹੀ ਮੇਨ, ਜਿਹੜਾ ਇਹ ਮਾਹੌਲ ਨਾ ਆਪਣੇ ਵਿੱਚ ਸਰਜਿਆ ਗਾਈਲੈਂਸ ਦਾ ਇਹ। ਹਾਂਜੀ, ਉਹਦੇ 'ਚ ਕਾਰਨ ਕੀ ਹੈ ਜੀ? ਇਹ ਜਿਹੜਾ ਮਾਹੌਲ ਸਰਜਿਆ, ਇਹ ਕਾਰਪੋਰੇਟ ਜਿਹੜੇ ਘਰਾਣੇ ਆ ਜੀ, ਇਹਨਾਂ ਨੇ ਸਾਰਾ ਸਰਜਿਆ ਇਹ। ਕਿਉਂਕਿ ਆਪਣਾ ਇਹ 1990 ਤੋਂ ਲੱਗੇ ਹੋਏ ਆ। ਠੀਕ ਹੈ। ਜਿਹੜੇ ਇਹ ਸਿਰਫ ਇਹਨਾਂ ਦੀ ਇੱਕ ਹੀ ਨਿਗਾਹ ਵੀ ਪੰਜਾਬ ਦੀ ਕਿਸੇ ਹਿਸਾਬ ਨਾਲ ਜ਼ਮੀਨ ਖੋਈ ਜਾਵੇ। ਤੇ ਉਹਦੇ ਵਿੱਚ 1990 ਚ ਇਹਨਾਂ ਨੂੰ ਪਤਾ ਵੀ ਇਹ ਕੌਮ ਆ, ਵੀ ਧੱਕੇ ਨਾ ਮੰਨਣ ਵਾਲੀ ਤਾਂ ਹੈ ਨੀ। ਹਾਂਜੀ, ਇਹ ਕੌਮ ਦਲੇਰ ਆ, ਬਿਲਕੁਲ। ਬਾਕੀ ਵਿਚਾਰ ਤੌਰ ਤੇ ਬਹੁਤ ਉੱਚੀ ਆ, ਜਾਗਰੂਕ ਆ ਜੀ ਜੀ ਜੀ। ਤੇ ਉਹਨਾਂ ਦਾ ਇੱਕ ਮਸਲਾ ਵੀ ਇਹਨਾਂ ਨੂੰ ਖਤਮ ਕਿਵੇਂ ਕੀਤਾ ਜਾਵੇ। ਉਹਨਾਂ ਨੂੰ ਪਤਾ ਵੀ ਇਹ ਧੱਕੇ ਨਾਲ ਤਾਂ ਹੈ ਨੀ ਕਰਨ ਵਾਲੇ, ਜੇ ਹੈ ਵੀ ਧੱਕੇ ਨਾਲ ਮੰਨ ਜਾਣਗੇ। ਜੀ ਜੀ ਜੀ। ਉਹਨਾਂ ਨੇ ਇੱਕ ਮੰਨ ਕੇ ਚਲੋ, ਪਹਿਲਾਂ ਉਹਨਾਂ ਨੇ ਇੱਕ ਮਾਹੌਲ ਸਰਜਿਆ ਆਪਣੇ ਵਿੱਚ। ਹਾਂਜੀ, ਬਈ ਇਹਨਾਂ ਨੇ ਜਿਵੇਂ ਖੇਤੀ ਦਾ ਮਾਹੌਲ ਸਰਜਿਆ, ਵੀ ਖੇਤੀ ਵਿੱਚ ਕੁਛ ਹੈ ਨੀ ਜੀ, ਖੇਤੀ ਇੱਕ ਲਾਹੇਵੰਦ ਧੰਦਾ ਨੀ, ਧੱਕੇ ਆ। ਠੀਕ ਆ, ਕਿਤੇ ਦਾ ਕਿਤੇ ਆਪਾਂ ਮੰਨਦੇ ਆ ਬਈ ਜੀ, ਬਈ ਧੱਕਾ ਹੋ ਸਕਦਾ ਕਿਤੇ ਦਾ ਕਿਤੇ, ਬਈ ਮੰਨ ਕੇ ਚਲੋ ਵੀ ਲਾਹੇਵੰਦ ਕਿਤੇ ਮੰਨ ਸਕਦੇ, ਹੈ ਨੀ, ਪਰ ਹਰ ਇੱਕ ਜਗ੍ਹਾ ਤਾਂ ਨੀ। ਮੰਨ ਲਓ ਜਿਵੇਂ ਕਈ ਥਾਂ ਸੇਮ ਵਾਲੀਆਂ ਜ਼ਮੀਨਾਂ ਮਾੜੀਆਂ, ਠੀਕ ਆ, ਜਾਂ ਜ਼ਮੀਨ ਵਾਲੇ ਕਿੱਲਾ, ਉੱਥੇ ਤਾਂ ਆਪਾਂ ਮੰਨ ਸਕਦੇ ਵੀ ਲਾਹੇਵੰਦ ਧੰਦਾ ਹੈ ਨੀ, ਬਿਲਕੁਲ ਸਹੀ, ਪਰ ਹਰ ਇੱਕ ਲਈ ਨੀ। ਮਨ ਜਿਥੇ ਚੰਗੀ ਜ਼ਮੀਨ ਆ, ਚੰਗੀ ਜਾਇਦਾਦ ਆ, ਤੇ ਉੱਥੇ ਮੰਨ ਕੇ ਚਲੋ ਕਈ ਘਰ ਮੈਂ ਇਹੋ ਜਿਹੇ ਵੇਖੇ ਜਿਹਨਾਂ ਕੋਲ 2-2 ਕਿੱਲੇ ਜ਼ਮੀਨ ਆ, ਤੇ ਕਾਰੋਬਾਰ ਬਹੁਤ ਫਿਰ ਵੀ ਚੰਗਾ ਉਹਨਾਂ ਦਾ। ਹਾਂਜੀ, ਤੇ ਜੇ ਆਪਾਂ ਮੰਨ ਕੇ ਚਲੋ ਵੀ ਲਾਹੇਵੰਦ ਧੰਦਾ ਨਾ ਹੁੰਦਾ ਖੇਤੀ, ਵੀ ਅੱਜ ਤੱਕ ਆਪਾਂ ਵੇਖਦੇ ਆ, ਮੰਨ ਲਓ ਮੈਂ 2000 ਤੋਂ, ਮੇਰਾ 1988 ਦਾ ਬਰਥ ਆ। ਠੀਕ ਹੈ ਜੀ। ਤੇ ਮੈਂ 2000 ਵਿੱਚ ਤੋਂ ਪਹਿਲਾਂ ਬਾਕੀ ਵਹਿੰਦੇ ਸੀ ਆਪਣੇ ਇੱਕ ਪਿੰਡ ਦੇ ਵਿੱਚ, 100 ਘਰਾਂ ਮਗਰ ਬਈ 4-5 ਘਰਾਂ ਕੋਲ ਕਾਰ ਹੁੰਦੀ ਸੀ, ਹਨਾ। ਬਿਲਕੁਲ ਸਹੀ ਆ। ਤੇ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਕਿਸਾਨ ਕੋਲ ਗੱਡੀ ਆ, ਬਿਲਕੁਲ, ਘਰਾਂ 'ਚ ਏਸੀ ਆ, ਗੀਜ਼ਰ ਆ। ਜੇ ਆਪਾਂ ਮੰਨ ਕੇ ਚਲੋ ਵੀ ਇੰਨਾ ਕੁਛ ਖੇਤੀ ਹੋਇਆ ਹੈ, ਆਪਣੇ ਕੋਲ ਇੰਨਾ ਕੁਛ ਆਉਂਦਾ ਕਿਵੇਂ? ਆਉਂਦਾ ਕਿੱਥੋਂ ਆ? ਬਿਲਕੁਲ ਠੀਕ ਹੈ ਜੀ। ਪਾਪਾ ਹਰ ਇੱਕ ਜਗ੍ਹਾ ਤੇ ਪ੍ਰੋਪਰ ਨੀ ਜਾ ਸਕਦੇ ਵੀ ਲਾਹੇਵੰਦ ਹੈ ਨੀ ਗੀ, ਵੀ ਆਪਾਂ ਬਹੁਤ ਕੁਛ ਬਣਾਇਆ ਖੇਤੀ ਦੇ ਵਿੱਚ, ਇੱਕ ਸੋਨੇ ਵਰਗੀ ਧਰਤੀ ਆ ਜੀ 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 ਜੀ। ਹਾਂ, ਤੇ ਕਈ ਸਮਾਂ ਤਾਂ ਮੰਨ ਵੀ ਸਕਦੇ ਹੈਗਾ, ਬਿਲਕੁਲ ਬਿਲਕੁਲ। ਹਾਂ, ਜੇ ਜ਼ਮੀਨ ਘੱਟ ਲਾ ਲਓ, ਜਿਹਦੇ ਕੋਲ ਵੀ 1-2 ਕਿੱਲੇ ਜ਼ਮੀਨ, ਉੱਥੇ ਆਪਾਂ ਮੰਨ ਸਕਦੇ ਹਾਂ, ਜਾਂ ਆਪਣੀ ਜ਼ਮੀਨਾਂ ਮਾੜੀਆਂ। ਹਾਂਜੀ। ਤੇ ਇਹਦੇ ਚ ਕੀ ਕੀਤਾ ਜੀ ਇਹਨਾਂ ਨੇ? ਮਾਹੌਲ ਸਰਜਿਆ, ਇੱਕ ਮਾਹੌਲ ਕਾਰਪੋਰੇਟ ਦੇ ਘਰਾਣੇ ਆ, ਇਹਨਾਂ ਨੇ ਇੱਕ ਸਰਜ ਤਾਂ ਆਪਣੀ ਖੇਤੀ ਚ ਹੈ ਨੀ, ਕੁਛ ਹੈ ਨੀ ਹੈ ਨੀ, ਉਹ ਆਪਣੇ ਜਿਵੇਂ ਨਿੱਕੇ ਨਿੱਕੇ ਜਵਾਬ ਸੀ ਉਹਨਾਂ ਦਿਮਾਗ ਚ ਭਰਿਆ ਗਿਆ। ਠੀਕ ਆ, ਜਿਵੇਂ ਆਪਣੇ ਜਿਵੇਂ ਜਿਹੜੀ ਚੀਜ਼ਾਂ ਨੇ ਆਪਾਂ, ਮੰਨ ਲਓ ਆਪਣੇ ਨਿੱਕੇ ਹੁੰਦੇ ਨੇ, ਕੀ ਮਾਪਾ ਵੀ ਸੁਣਦੀ ਸੀ ਆਪਣੇ ਤਾਇਆ ਚਾਚਿਆਂ ਤੋਂ ਜਾਂ ਪਿਓ ਤੋਂ, ਵੀ ਯਾਰ ਪੁੱਤ ਖੇਤੀ ਧੱਕੇ ਆ, ਤੁਸੀਂ ਜਾਂ ਹੋਰ ਕੋਈ ਕੰਮ ਕਰ ਲਓ, ਪੜ੍ਹ ਲਓ, ਲਿਖ ਲਓ, ਨੌਕਰੀ ਲੱਗ ਜਾਓ, ਉਹ ਗੱਲ ਆਪਣੇ ਦਿਮਾਗ ਚ ਬਹਿ ਗਈਆਂ ਸਾਰਿਆਂ ਦੇ। ਹਾਂਜੀ, ਉਹ ਜਿਵੇਂ ਆਪਣੇ ਹੁਣ ਮੱਝਾਂ ਸੀ, ਹੁਣ ਆਪਣੇ ਪਸ਼ੂ ਸੀਗੇ, ਜਿਵੇਂ ਵੀ ਖੇਤੀ ਨਾਲ ਤੁਰ ਜੁੜਿਆ ਧੰਦਾ ਇੱਕ ਆ, ਇਹ ਵੀ ਆਪਣੇ ਦਿਮਾਗ ਚ ਭਾਤੀ ਗੱਲ, ਯਾਰ ਮੱਝਾਂ ਚ ਬਚਦਾ ਕੁਛ ਨੀ, ਪਸ਼ੂਆਂ ਚ ਬਚਦਾ ਕੁਛ ਨੀ, ਆਪਣੇ ਲੋਕਾਂ ਨੇ ਪਸ਼ੂ ਛੱਡਤੇ ਸਾਰਿਆਂ ਨੇ, ਇੱਕ ਇੱਕ ਗਾਂ ਰਹਿ ਜੀ, ਕਿਉਂਕਿ ਇਹਨਾਂ ਨੂੰ ਪਤਾ ਵੀ ਇਹ ਧੰਦੇ ਸਾਰੇ ਖੇਤੀ ਨਾਲ ਜੁੜੇ, ਵੀ ਇਹਨਾਂ ਧੰਦਿਆਂ ਨੂੰ ਤੋੜੋ ਇਹਨਾਂ ਨੂੰ ਜੀ।
ਤੇ ਉਹਨਾਂ ਨੇ ਸਰਜ ਕੇ ਮਾਹੌਲ ਆਪਣੇ ਦੇ ਵਿੱਚ ਇੱਕ ਐਸਾ ਪੈਦਾ ਕੀਤਾ ਵੀ ਉਹ ਆਈਲੈਟਸ ਨੂੰ ਪ੍ਰਚਾਰਤਾ ਮੁੜ ਕੇ ਉਹਨਾਂ ਨੇ 2010 ਤੋਂ ਬਾਅਦ ਜੀ 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 ਉਹ ਜੋ ਆਈਲੈਟਸ ਪ੍ਰਚਾਰਿਆ ਗਿਆ ਆਪਣੇ ਵਿੱਚ ਲੋਕਾਂ ਦੇ ਦਿਮਾਗ ਚ ਵੱਲ ਪੈ ਗਈ ਬਾਹਰ ਨਿਕਲ ਜੋ ਇੱਥੇ ਧੱਕੇ ਆ ਇਹ ਸਾਰਾ ਮਾਹੌਲ ਇਸੇ ਕਰਕੇ ਸਰਜਿਆ ਪਿਆ ਇਹਨਾਂ ਨੂੰ ਇੱਕ ਇਹੀ ਹੈ ਵੀ ਜਦੋਂ ਆਈਲੈਟਸ ਕਰਕੇ ਇਹ ਜੇ ਬਾਹਰ ਨਿਕਲ ਜਾਣਗੇ ਜੀ ਜਿਹੜੇ ਮੰਨ ਕੇ ਚਲੋ ਵੀ ਇਹਨਾਂ ਪਿਓ ਹੋਰ ਕੋਈ 10-15 ਸਾਲ ਬੁੜੇ ਹੋ ਜਾਣਗੇ ਜੀ ਵੀ ਇਹਨਾਂ ਦੇ ਲੜਨ ਵਾਲਾ ਕੋਈ ਨੀ ਰਹਿ ਜੂਗਾ ਇਹਨਾਂ ਦੇ ਵਿੱਚ ਬਿਲਕੁਲ ਬਿਲਕੁਲ ਬਾਈ ਹੁਣ ਵੀ ਤਾਂ ਪੰਜਾਬ ਖਾਲੀ ਹੋ ਹੀ ਰਿਹਾ ਤਕਰੀਬਨ ਹਾਂ ਪੰਜਾਬ ਖਾਲੀ ਹੋ ਹੀ ਰਿਹਾ ਹਾਂ ਦੁਆਬਾ ਏਰੀਆ ਸਾਰਾ ਖਾਲੀ ਹੋਇਆ ਪਿਆ ਹਾਂ ਹਾਂ ਇਹਨਾਂ ਦੇ ਇਹ ਵੀ ਉਸ ਤੋਂ ਬਾਅਦ ਵੀ ਜਿਹਨਾਂ ਦੇ ਜਿਹੜੇ ਜ਼ਮੀਨਾਂ ਦੇ ਵਿੱਚ ਲੜਨ ਵਾਲਾ ਕੋਈ ਨਹੀਂ ਰਿਹਾ ਕੰਮ ਮੈਦਾਨ ਖਾਲੀ ਹੋਇਆ ਤੇ ਆਪੇ ਅਸੀਂ ਕਬਜ਼ੇ ਕਰ ਲਾਂਗੇ ਜ਼ਮੀਨਾਂ ਤੇ ਜੀ 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 ਸਾਰਾ ਮਾਹੌਲ ਆਹ ਬਾਈ ਇਹ ਸੇਮ ਜਿਹੜੀਆਂ ਗੱਲਾਂ ਬਿਲਕੁਲ 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 ਜਮਾ ਗੱਲ ਤੁਹਾਡੀ ਜਮਾ ਪਤੇ ਦੀ ਆ ਸਹੀ ਗੱਲ ਆ ਇਹ ਹਾਂਜੀ ਹਾਂਜੀ ਸਾਰਾ ਕੁਛ ਪਲੈਨਿੰਗ ਨਾਲ ਹੋਇਆ ਹਾਂ ਪਲੈਨਿੰਗ ਨਾਲ ਹੋ ਰਿਹਾ ਪਰ ਆਪਾਂ ਨੂੰ ਸਮਝਣ ਦੀ ਲੋੜ ਆ ਇਹ ਗੱਲ ਜੇ ਆਪਾਂ ਸਮਝਾਂਗੇ ਗੱਲ ਤੋਂ ਆਪਾਂ ਜਾਣੂ ਰਵਾਂਗੇ ਕਿਉਂਕਿ ਆਪਾਂ ਘੱਟੋ ਘੱਟ ਆਪਦੇ ਸਮਝ ਕੇ ਇਹਨਾਂ ਦੇ ਵੀ ਇਹ ਆਪਣੇ ਚੱਲ ਕੀ ਰਿਹਾ ਜੀ 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 ਤੁਸੀਂ ਖੇਤੀ ਕਰਦੇ ਭਾਈ ਖੇਤੀ ਕਰਦੇ ਤੁਸੀਂ ਹਾਂਜੀ ਹਾਂ ਮੈਂ ਖੇਤੀ ਕਰਦਾ ਜੀ ਤੇ ਤੁਹਾਡੇ ਕੀ ਵਿਚਾਰ ਆ ਖੇਤੀ ਬਾਰੇ ਖੇਤੀ ਬਾਰੇ ਇਹ ਗੱਲ ਆ ਬਾਈ ਜੀ ਗੱਲ ਜੇ ਆਪਾਂ ਇੰਨੀ ਮਿਹਨਤ ਕਰਦੇ ਹਾਂ ਜਾ ਕੇ ਆਪਾਂ ਬਾਹਰ ਹਨਾ ਜੀ ਜੀ ਆਪਾਂ ਇੱਥੇ ਰੱਖ ਕੇ ਆਪਾਂ ਇੱਥੇ ਆਪਦੀ ਖੇਤਾਂ ਚ ਮਿਹਨਤ ਕਰ ਲੋ ਜੇ ਹੁਣ 5-6 ਕਿੱਲੇ ਜ਼ਮੀਨ ਆ ਚੰਗੀ ਜ਼ਮੀਨ ਆ ਹਾਂਜੀ ਤੇ ਇੱਥੇ ਮਿਹਨਤ ਕਰ ਲੋ ਤੇ ਸਭ ਕੁਛ ਆ ਇੱਥੇ ਠੀਕ ਆ ਪਸ਼ੂ ਰੱਖ ਲੋ ਘਰੇ ਮੈਂ ਕਹਿੰਦੇ ਪਸ਼ੂਆਂ ਦੇ ਲਾਹੇਵੰਦ ਧੰਦਾ ਨੀ ਪਰ ਮੈਂ ਇਹੋ ਜਿਹੇ ਡੇਅਰੀ ਫਾਰਮ ਵਿਖਾ ਦੂੰਗਾ ਜਿਹੜੇ ਪਤਾ ਨੀ ਕਿੰਨੇ ਕਾਮਯਾਬ ਹੋਏ ਜਿਹਨਾਂ ਡੇਅਰੀ ਫਾਰਮਾਂ ਸਿਰ ਤੇ ਕੀ ਕੁਛ ਬਣਾਇਆ ਪਸ਼ੂਆਂ ਸਿਰ ਤੇ ਜੀ 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 ਤੁਸੀਂ ਖੁਸ਼ ਆ ਖੇਤੀ ਕਰਕੇ ਹਾਂ ਮੈਂ ਖੇਤੀ ਕਰਕੇ ਖੁਸ਼ ਆ ਜੀ ਮੈਨੂੰ ਪਸ਼ੂਆਂ ਦਾ ਵੀ ਸ਼ੌਂਕ ਆ ਓਕੇ ਹਾਂ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਦੋ ਕਿਸਾਨਾਂ ਦੇ ਮੈਂ ਨਾਂ ਲਊਂਗਾ ਜਿਨ੍ਹਾਂ ਨੇ ਪੂਰਾ ਇੰਡੀਆ ਲੈਵਲ ਤੇ ਨਾਂ ਬਣਾਇਆ ਇੱਕ ਤਾਂ ਲਕਸ਼ਮੀ ਡੇਅਰੀ ਫਾਰਮ ਵਾਲੇ ਆ ਠੀਕ ਹੈ ਜੀ ਇੱਕ ਪਿੰਦੀ ਸਿੱਧੂ ਆ ਦੋ ਬੰਦੇ ਆ ਜਿਨ੍ਹਾਂ ਨੇ ਵੀ ਪੂਰਾ ਤਕੜੇ ਤੌਰ ਤੇ ਵੀ ਨਾਂ ਬਣਾਇਆ ਵੀ ਆਪਦਾ ਜੀ 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 ਚੱਕ ਵੈਰੋ ਕੇ ਪੈਣਾ ਜਲਾਲਾਬਾਦ ਲਕਸ਼ਮੀ ਡੇਅਰੀ ਫਾਰਮ ਵਾਲੇ ਇੱਕ ਉਹ ਆ ਜੀ 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 ਉਹਨਾਂ ਨੇ ਪਸ਼ੂਆਂ ਦੀ ਸਭ ਕੁਝ ਛੱਡਿਆ ਜੀ 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 ਜੇ ਕੱਲ ਨੂੰ ਤੁਹਾਡੇ ਬੱਚੇ ਕਹਿਣ ਲੱਗ ਜਾਣ ਅਸੀਂ ਬਾਹਰ ਜਾਣਾ ਮੈਂ ਇੱਕ ਹੀ ਚੀਜ਼ ਸਰਜੀ ਉਹਨਾਂ ਦਿਮਾਗ ਦੇ ਵਿੱਚ ਮੈਂ ਆਪਦੇ ਉਹਨਾਂ ਕੋਸ਼ਿਸ਼ ਕਰ ਰਿਹਾ ਪੂਰੀ ਵੀ ਕਿਤੇ ਚਲੋ ਬੱਚਿਆਂ ਦਾ ਵਿਚਾਰ ਵੱਖਰੀ ਗੱਲ ਆ ਕੱਲ ਨੂੰ ਕੀ ਹੋਵੇ ਪਰ ਮੈਂ ਆਪਦੇ ਕਨੇ ਕੋਸ਼ਿਸ਼ ਕਰ ਰਿਹਾ ਵੀ ਬੱਚਿਆਂ ਨੂੰ ਇਹੀ ਦੱਸਿਆ ਵੀ ਮਿਹਨਤ ਕਰਨੀ ਜ਼ਰੂਰੀ ਹੈ ਜਿੱਥੇ ਮਰਜ਼ੀ ਕਰ ਲਓ ਪੜ੍ਹ ਲਓ ਲਿਖ ਲਓ ਪੜ੍ਹ ਲਿਖ ਜਾਓਗੇ ਨੌਕਰੀ ਕਰ ਲਓਗੇ ਜੇ ਨਹੀਂ ਨੌਕਰੀ ਕਰਨਾ ਤੇ ਇਹਦੀ ਮਿਹਨਤ ਕਰ ਲਿਓ ਖੇਤੀਬਾ੡ੀ ਦੇ ਵਿੱਚ ਤੇ ਭਾਵੇਂ ਆਪਦੇ ਕਿਸੇ ਪਾਸੇ ਕਰ ਲਿਓ ਫੀਲਡ ਦੇ ਵਿੱਚ ਜੀ 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 ਪਰ ਆਪਾਂ ਬਾਹਰ ਤੋਂ ਮੈਂ ਆਪਦੀ ਕੋਸ਼ਿਸ਼ ਕਰ ਰਿਹਾ ਬਈ ਕੱਲ ਨੂੰ ਕਿਉਂਕਿ ਅੱਜ ਹੁਣ ਦਾ ਟਾਈਮ ਵੀ ਇਹੋ ਜਿਹਾ ਆਪਾਂ ਵੇਖ ਹੀ ਰਹੇ ਬੱਚੇ ਮਾਂ ਪਿਓ ਦੇ ਵਾਸਤੇ ਹੈ ਨਹੀਂ ਹੈ ਨਾ ਜੀ 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 ਪਰ ਮੈਂ ਆਪਦੇ ਉਹਨੇ ਕੋਸ਼ਿਸ਼ ਕਰੂੰਗਾ ਪੂਰੀ ਕੱਲ ਦਾ ਬੱਚਿਆਂ ਦਾ ਪਤਾ ਨਹੀਂ ਗਾ ਕੀ ਕਰਨ ਕੀ ਨਾ ਕਰਨ ਠੀਕ ਹੈ ਹਾਂ ਓਕੇ ਤੁਸੀਂ ਨਹੀਂ ਭੇਜ ਕੇ ਰਾਜੀ ਹਾਂ ਮੈਂ ਨਹੀਂ ਭੇਜ ਕੇ ਖੁਸ਼ ਜੀ ਠੀਕ ਹੈ ਕਿਉਂਕਿ ਜੀ ਮੈਂ ਆਪਦੀ ਗੱਲ ਕਰਾਂ ਚਲੋ ਮੇਰੇ ਨਾਨਕੇ ਵੀ ਬਾਹਰ ਆ ਜੀ ਮਾਮਾ ਜੀ ਵੀ ਮੇਰੇ ਬਾਹਰ ਆ ਤੇ ਆਪਣਾ ਚਲੋ ਮੇਰੇ ਪਰਿਵਾਰ ਚ ਵੀ ਕਈ ਜੀ ਬਾਹਰ ਆ ਪਰ ਮੈਂ ਨਹੀਂ ਮੈਨੂੰ ਵੀ ਕਹਿੰਦੇ ਕਿ ਆ ਜਾ ਪਰ ਮੈਂ ਨਹੀਂ ਜਾ ਕੇ ਮੈਂ ਜਾਂਦਾ ਨਹੀਂ ਜੀ ਮੇਰਾ ਮਨ ਹੈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਜਿਹੜੇ ਜਿਹੜੇ ਜਵਾਕ ਮੰਨ ਲਓ ਇੱਧਰੋਂ ਇੰਟਰਸਟਡ ਆ ਬਾਹਰ ਜਾਣ ਦੇ ਚੱਕਰ 'ਚ ਵਾਈ ਵੂਈ ਨਹੀਂ ਕਰਨਾ ਚਾਹੁੰਦੇ ਨਾ ਕੋਈ ਹੋਰ ਕੰਮ ਕਰਨਾ ਚਾਹੁੰਦੇ ਆ ਵੀ ਉਹਨਾਂ ਨੂੰ ਕੀ ਸਲਾਹ ਦਿਓਗੇ ਤੁਸੀਂ ਵੀ ਕਰਨ ਕੀ ਉਹ ਫਿਰ ਕਰਨ ਜੇ ਨਹੀਂ ਵਾਈ ਕਰਨ ਚ ਨਾ ਚਾਹੁੰਦੇ ਕੋਈ ਸ਼ਹਿਰਾਂ 'ਚ ਬਹੁਤ ਬਿਜ਼ਨਸ ਚੱਲਦੇ ਆ ਆਪਦੇ ਉਹ ਚਲਾ ਲੈਣ ਠੀਕ ਹੈ ਵੀ ਬਾਹਰ ਨਾਲੋਂ ਤਾਂ ਬਹੁਤ ਸੌਖੇ ਰਹਿਣਗੇ ਇੱਥੇ ਜੀ 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 ਸ਼ਹਿਰਾਂ ਚ ਜੇ 20-25 ਲੱਖ ਰੁਪਇਆ ਲਾ ਕੇ ਤੇ ਸ਼ਹਿਰ ਚ ਕੋਈ ਬਿਜ਼ਨਸ ਚਲਾ ਲਓ ਕੋਈ ਆਪਣੇ ਜੇ ਆਪਣੇ ਬਿਜ਼ਨਸ ਨਾਲ ਪੰਜਾਬ ਚ ਕਿਤੇ ਕੰਮ ਹੈ ਨਹੀਂ ਜੇ ਕੰਮ ਨਾ ਹੁੰਦੇ ਇੰਨੇ ਬਿਹਾਰੀ ਕਿਵੇਂ ਆ ਜਾਣ ਫਿਰ ਬਿਲਕੁਲ 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 ਉਹਨਾਂ ਨੇ ਆ ਕੇ ਇੱਥੇ ਤੇ ਸ਼ੋਰੂਮ ਬਣਾ ਲਏ ਵੱਡੀਆਂ ਵੱਡੀਆਂ ਦੁਕਾਨਾਂ ਖੋਲੀ ਬੈਠੇ ਬਿਹਾਰੀ ਜੀ ਜੀ ਜਾਂ ਯੂਪੀ ਵਾਲੇ ਉਹਨਾਂ ਨੇ ਇੰਨੇ ਇੰਨੇ ਬਿਜ਼ਨਸ ਆਪਦੇ ਕਿਵੇਂ ਖੜੇ ਕਰ ਲਏ ਇਹ ਤਾਂ ਨੀ ਹਰ ਚੀਜ਼ ਦੇ ਬਾਹਰ ਹੱਲ ਆ ਤੇ
ਵੈਸੇ ਹੁਣ ਤਾਂ ਜਿਹੜੇ ਨੌਜਵਾਨ ਪੀੜ੍ਹੀ ਆ ਖੇਤੀ ਵੱਲ ਮੁੜੀ ਆ, ਜਿਵੇਂ ਟਰੈਕਟਰ ਮੋਡੀਫਿਕੇਸ਼ਨ ਕਰਾਏ ਆ, ਟਰੈਕਟਰ ਤਿਆਰ ਕਰਾਏ ਆ ਸ਼ੌਂਕ ਨਾਲ ਆਪਦਾ। ਹਾਂਜੀ ਹਾਂਜੀ ਹਾਂਜੀ, ਪਿਛਲੇ ਟਾਈਮ ਨਾਲੋਂ ਤਾਂ ਫਰਕ ਪਿਆ ਅੱਗੇ ਨਾਲੋਂ ਬਹੁਤ। ਹਾਂਜੀ, ਜੇ ਪਿਛਲੇ ਟਾਈਮਾਂ 'ਚ ਆਪਾਂ ਗੱਲ ਕਰਕੇ ਵੀ ਆਪਣੇ ਕੋਲ ਸਿੱਧੂ ਮੂਸੇ ਵਾਲਾ, ਸਿੱਧੂ ਮੂਸੇ ਵਾਲਾ, ਉਹਨੂੰ ਮੂਸੇ ਵਾਲੇ ਵੱਲੋਂ ਉਹਨੂੰ ਵੇਖ ਕੇ ਬਹੁਤ ਮਤਲਬ ਕਿ ਟਰੈਕਟਰਾਂ ਦੇ ਵਿੱਚ ਲੋਕਾਂ ਨੂੰ ਸ਼ੌਂਕ ਪਿਆ। ਹਾਂਜੀ ਹਾਂਜੀ, ਪਰ ਇੱਕ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ, ਇੱਕ ਆਪਣੇ ਜਿਵੇਂ ਮੰਨ ਕੇ ਚੱਲੋ ਵੀ ਚਲੋ ਵਧੀਆ ਕਲਾਕਾਰ ਹੋਣ, ਹਨਾ, ਜੇ ਕਲਾਕਾਰ ਆਪਣੇ ਬਹੁਤ ਕੁਛ ਕਰ ਸਕਦੇ ਆਪਣੇ ਨੌਜਵਾਨ ਪੀੜ੍ਹੀ, ਕਿਉਂਕਿ ਇਹਨਾਂ ਲੋਕ ਹੀਰੋ ਮੰਨਦੇ ਅੱਜ ਦੇ ਟਾਈਮ ਦੇ ਵਿੱਚ। ਬਿਲਕੁਲ ਬਿਲਕੁਲ ਬਿਲਕੁਲ, ਠੀਕ ਆ। ਇਹ ਜਿਵੇਂ ਹੁਣ ਸਿੱਧੂ ਮੂਸੇ ਵਾਲਾ ਆਇਆ ਸੀ, ਉਹਨੇ ਬੜਾ ਇਸ ਚੀਜ਼ ਦੇ ਬੰਨੀ ਜੋੜਿਆ ਲੋਕਾਂ ਨੂੰ। ਹਾਂ, ਉਹਨੇ ਖੇਤੀ ਤੇ ਹੋਰ ਜਿਹੜੀ ਜੱਟਵਾਦ ਸੀ ਜਾਂ ਜਟਕਾ ਧੰਦਾ ਸੀ ਜਾਂ ਸਾਰਿਆਂ ਬੰਦਿਆਂ ਨੂੰ ਉਹਨਾਂ ਨੇ ਉਹਨੇ ਨਾਲ ਲੈ ਕੇ ਚੱਲਿਆ ਬੰਦਾ, ਉਹ ਪ੍ਰਮੋਟ ਕੀਤਾ ਉਹਨੇ ਇਸ ਚੀਜ਼ ਨੂੰ, ਪ੍ਰਮੋਟ ਕੀਤਾ, ਪੰਜਾਬ ਨੂੰ ਪ੍ਰਮੋਟ ਕੀਤਾ ਐਕਚੁਅਲੀ। ਹਾਂ, ਇਹਨਾਂ ਕਲਾਕਾਰਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਚੀਜ਼ਾਂ ਬੜੀਆਂ ਜ਼ਰੂਰੀ, ਕਿਉਂਕਿ ਬਹੁਤੇ ਕਲਾਕਾਰ ਜਿਹੜੇ ਪਿੰਡਾਂ 'ਚ ਉੱਠੇ ਆ, ਖੇਤੀ ਨਾਲ ਸੰਬੰਧਿਤ ਆ ਜਿਹੜੇ ਕਲਾਕਾਰ, ਇਹ ਚੀਜ਼ਾਂ ਨੂੰ ਪ੍ਰਮੋਟ ਕਰਨਗੇ ਤਾਂ ਇਸ ਚੀਜ਼ ਦਾ ਬਹੁਤ ਵਧੀਆ ਫਾਇਦਾ ਹੋਊਗਾ। ਜੇ ਹੁਣ ਮੰਨ ਲਓ ਤਰਸੇਮ ਜੱਸੜ ਜਦੋਂ ਉੱਠਿਆ ਸੀ ਨਾ, ਇਹਨੇ ਲੋਕਾਂ ਨੂੰ ਪੱਗਾਂ, ਬੜੇ ਮੁੰਡਿਆਂ ਨੂੰ ਪੱਗਾਂ ਬੰਨਣ ਲੱਗ ਗਏ ਸੀ ਇਹਨੂੰ ਵੇਖ ਕੇ। ਹਾਂਜੀ 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 ਹਾਂਜੀ, ਇਹ ਚੀਜ਼ ਕਲਾਕਾਰਾਂ ਨੂੰ ਹੀਰੋ ਮੰਨਦੇ ਆ, ਕਲਾਕਾਰਾਂ ਨੂੰ ਇਹ ਚੀਜ਼ਾਂ ਚਾਹੀਦੀਆਂ। ਬਿਲਕੁਲ 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 ਸਹੀ ਆ ਗੱਲ ਤੁਹਾਡੀ, ਤੇ ਮੈਂ ਤਾਂ ਇਹੀ ਗੱਲ ਕਹੂੰਗਾ। ਹਾਂਜੀ, ਵੀ ਖੇਤੀ ਨੂੰ ਸੰਭਾਲੋ, ਆਪਦਾ ਪੰਜਾਬ ਸੰਭਾਲੋ, ਕਿਉਂਕਿ ਜਿਹੜੇ ਇਹਨਾਂ ਦਾ ਇੱਕ ਚੀਜ਼ ਤੇ ਜ਼ੋਰ ਲੱਗਿਆ ਨਾ, ਪਤਾ ਬਾਹਰ ਭੇਜ ਦਿਓ ਇਹਨਾਂ ਨੂੰ, ਠੀਕ ਆ, ਨਾਲੇ ਇਹਨਾਂ ਨਸਲ ਖਤਮ ਤੇ ਨਾਲੇ ਇਹਨਾਂ ਦੀ ਫਸਲ ਖਤਮ, ਦੋਵੇਂ ਚੀਜ਼ਾਂ ਖਤਮ ਹੋ ਜਾਂਦੀਆਂ, ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਂਦੇ ਆਪਣੇ ਤੇ। ਬਿਲਕੁਲ 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 ਬਿਲਕੁਲ, ਜਿਹੜੀਆਂ ਸੜਕਾਂ ਚੁੜਕਾਂ ਬਣ ਰਹੀਆਂ, ਹਾਈਵੇ ਵੱਡੇ ਵੱਡੇ ਬਣ ਰਹੇ ਆ, ਸਾਰਾ ਕੁਛ ਪੰਜਾਬ ਦੇ ਵਿੱਚ ਵੱਡੇ ਵੱਡੇ ਫਾਰਮ ਬਣਨੇ ਆ। ਹਾਂਜੀ, ਠੀਕ ਹੈ ਜੀ, ਲੋਕਾਂ ਤੋਂ ਇਹਨਾਂ ਨੇ ਮੂੰਹ ਮੰਗੀਆਂ ਕੀਮਤਾਂ ਤੇ ਇਹਨਾਂ ਨੇ ਜ਼ਮੀਨ ਲੈ ਲੈਣੀ ਆ, ਤੇ ਉਸ ਫਿਰ ਆਪਣੇ ਪਤਾ ਕੀ ਗੱਲ ਆ ਬਾਈ ਜੀ, ਜਦੋਂ ਜਦੋਂ ਆਪਾਂ ਹੁਣ ਕੰਮ ਕਰ ਜੋ ਬਾਹਰ ਜਾਵੜੇ, ਠੀਕ ਆ, ਬਾਹਰ ਜਾਂਦੇ ਆਪਾਂ, ਮੁੜ ਕੇ ਆਪਣੀ ਪੀੜ੍ਹੀ ਮੰਨ ਕੇ ਚਲੋ ਆਪਾਂ ਇੱਕ ਜਿਹੜਾ ਜਾਂਦੇ ਉਹਨੂੰ ਮਾੜਾ, ਅਗਲੀ ਪੀੜ੍ਹੀ ਦਾ ਬੜਾ ਟਰੱਸ ਨਹੀਂ ਹੁੰਦਾ ਇੱਥੇ ਪੰਜਾਬ ਦੇ ਵਿੱਚ, ਠੀਕ ਆ, ਉਹਨੂੰ ਇਹ ਹੁੰਦਾ ਯਾਰ ਵੇਚਦੇ ਯਾਰ ਪਰੇ, ਆਪਾਂ ਕੀ ਲੈਣੀ ਯਾਰ, ਆਪਾਂ ਕੀ ਕਰਨਾ, ਫਿਰ ਅਗਲੀ ਪੀੜ੍ਹੀ ਨੂੰ ਆਏ ਹੋ ਜਾਂਦਾ। ਉਹਨਾਂ ਦਾ ਇਹੀ ਸਿਸਟਮ ਆ ਵੀ ਪੰਜਾਬ ਖਾਲੀ ਕਰ ਲਓ, ਹੌਲੀ ਹੌਲੀ ਆਪਣੇ ਤਰੀਕੇ ਨਾਲ ਇਹ ਇਸ ਉਲਝਾਲ ਚ ਉਲਝਾ ਰਹੇ ਆ। ਜੀ 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 ਜੀ, ਬਈ ਇਹਨਾਂ ਨੇ ਬਈ ਇਹ ਆਪੇ ਸਾਨੂੰ ਜ਼ਮੀਨਾਂ ਹੌਲੀ ਹੌਲੀ ਵੇਚਣਗੇ, ਠੀਕ ਆ, ਜਿਹੜਾ ਉਹਨਾਂ ਮੇਨ ਮਕਸਦ ਆ ਹਾਈਵੇ ਬਣਾਉਣ ਦਾ ਉਹ ਇਹੀ ਆ ਵੀ ਅਸੀਂ ਜਿਹੜਾ ਆਪਦਾ ਹੁਣੀ ਉਹ ਆਪਦੇ ਜਿਹੜੇ ਉਹ ਸਿਸਟਮ ਆਪਦੇ ਜਿਹੜੇ ਬਣਾ ਰਹੇ ਆ ਅੱਜ ਹੀ, ਬਈ ਹੌਲੀ ਹੌਲੀ ਲਿਆ ਕੇ ਇਹਦਾ ਜਿਹੜਾ ਫੂਡ ਆ ਇੱਥੋਂ ਤਾਂ ਪੰਜਾਬ ਦਾ ਅਸੀਂ ਬਾਹਰ ਭੇਜਾਂਗੇ। ਜੀ 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 ਜੀ, ਬਿਲਕੁਲ ਬਿਲਕੁਲ, ਪਰ ਇਹ ਗੱਲ ਤਾਂ ਆਪਾਂ ਨੂੰ ਸਮਝਣਾ ਪੈਣਾ, ਆਪਾਂ ਨੂੰ ਸਮਝਣਾ ਜ਼ਰੂਰੀ ਆ ਵੀ ਜੇ ਆਪਾਂ ਮੰਨ ਕੇ ਪੰਜਾਬ 'ਚ ਬੈਠੇ ਆ, ਫਿਰ ਆਪਣੀ ਜ਼ਮੀਨ ਨੂੰ ਕੋਈ ਨਹੀਂ ਹਿਲਾ ਸਕਦਾ ਗਾ। ਜੀ ਜੀ ਜੀ, ਕਦੇ ਵੀ ਸਰਕਾਰ ਨੇ, ਕਿਉਂਕਿ 35 ਸਾਲ ਤੋਂ ਪਿਛਲੇ ਤੋਂ ਇਹ ਜ਼ੋਰ ਲਾ ਰਹੇ ਆ ਕਾਰਪੋਰੇਟ ਘਰਾਣੇ ਸਰਕਾਰਾਂ ਨਾਲ ਰਲ ਕੇ। ਤੇ ਪਰ ਜੇ ਆਪਾਂ ਇੱਥੇ ਜਾਗਰੂਕ ਰਵਾਂਗੇ ਤੇ ਆਪਣਾ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ। ਹੁਣ ਕਾਲੇ ਕਾਨੂੰਨ ਬਣਾਏ ਸੀ ਪਿਛਲੇ ਟਾਈਮਾਂ ਦੇ ਵਿੱਚ, ਜੇ ਆਪਾਂ ਜਾਗਰੂਕ ਹੋ ਗਏ ਤੇ ਉਹਨੂੰ ਸਰਕਾਰ ਨੂੰ ਕੈਂਸਲ ਕਰਨੇ ਪਏ। ਜੀ 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 ਜੀ, ਮਾਮਰੇ ਕੁਛ ਨੀ, ਤੇ ਜੇ ਆਪਾਂ ਮੰਨ ਕੇ ਚਲੋ ਵੀ ਆਪਣਾ ਲੜਨ ਵਾਲੇ ਕੋਈ ਨਾ ਰਿਹਾ, ਫਿਰ ਤਾਂ ਅਗਲੇ ਸਭ ਕੁਛ ਕਰਨਗੇ ਜੀ, ਫਿਰ ਦਿਸ ਹੀ ਜਾਂਦਾ। ਬਿਲਕੁਲ ਬਿਲਕੁਲ ਬਿਲਕੁਲ, ਹਾਂ ਦੇਖੋ ਜੀ, ਉਮੀਦ ਤਾਂ ਆਉਣ ਵਾਲੇ ਟਾਈਮ ਚ ਹੀ ਕਰਦੇ ਆ, ਬਾਕੀ ਪੰਜਾਬੀ ਜਿਹੜੀ ਬਹੁਤ ਬਹਾਦਰ ਕੌਮ ਹੈ, ਪੰਜਾਬੀ ਸਾਰੇ ਪੰਜਾਬੀ, ਭਾਵਾਂ ਦੀ ਜੱਟ ਆ ਉਹ ਬਾਣੀ ਆ, ਭਾਵਾਂ ਦੀ ਰੋੜਾ ਆ, ਭਾਵਾਂ ਮੁਸਲਿਮ ਆ, ਜਿਹੜਾ ਵੀ ਬੰਦਾ ਪੰਜਾਬ 'ਚ ਰਹਿੰਦਾ ਉਹ ਪੰਜਾਬੀ ਆ, ਪਰ ਜਿਹੜੀ ਪੰਜਾਬੀ ਕੌਮ ਆ ਬਹੁਤ ਬਹਾਦਰ ਕੌਮ ਹੈ, ਜਿਹੜਾ ਪੰਜਾਬ ਦਾ ਇਤਿਹਾਸ ਆ ਬਹੁਤ ਮਾਣ ਮੱਤਾ ਇਤਿਹਾਸ ਹੈ, ਠੀਕ ਹੈ, ਇੱਦਾਂ ਤਾਂ ਕਹਿ ਲਓ ਵੀ ਗੁਰੂਆਂ ਦੀ ਕਿਰਪਾ, ਕੋਈ ਉਹ ਜੀ ਕੋਈ ਮਾੜੀ ਤਾਕਤ ਪੰਜਾਬ ਵੱਲ ਨਹੀਂ ਝਾਕ ਸਕਦੀ, ਪਰ ਫਿਰ ਵੀ ਲੋਕਾਂ ਨੂੰ ਅਪੀਲ ਕਰਦੇ ਆ ਵੀ ਸੁਚੇਤ ਹੋਣ ਦੀ ਲੋੜ ਹੈ, ਹੁਣ ਤਾਂ ਜਾਗਰੂਕ ਰਹਿਣ ਦੀ ਜ਼ਰੂਰ ਲੋੜ ਆ ਜੀ, ਤੁਹਾਡੇ ਵਰਗੇ ਸੱਜਣ ਆ ਜਾਂ ਸਾਡੇ ਛੋਟੇ ਭੈਣ ਭਰਾ ਹੈਗੇ ਆ, ਉਹ ਸੁਚੇਤ ਰਹਿਣਗੇ, ਪੰਜਾਬ ਦੀ ਫਿਕਰ ਕਰਨਗੇ, ਤਾਂ ਪੰਜਾਬ ਦਾ ਫਿਰ ਹੀ ਭਲਾ ਹੋ ਸਕਦਾ। ਘਰ ਛੱਡ ਛੱਡ ਕੇ ਬਾਹਰ ਤੁਰੇ ਜਾਣਗੇ, ਬਾਹਰ ਆਪਦਾ ਫੋਰਨ ਦੇ ਵਿੱਚ ਦੂਜੇ ਮੁਲਕਾਂ 'ਚ ਜਾ ਕੇ ਘਰ ਬਣਾ ਲੈਣਗੇ, ਆਪਦੇ ਮਾਂ ਪਿਓ ਨੂੰ ਇੱਥੋਂ ਜੜ੍ਹਾਂ ਖਤਮ ਕਰ ਲੈਣਗੇ, ਫਿਰ ਪੰਜਾਬ ਕਿਹਨੇ ਸੰਭਾਲਣਾ?
ਨੌਜਵਾਨੀ ਨੌਜਵਾਨੀ ਤੇ ਡਿਪੈਂਡ ਕਰਦਾ, ਪੰਜਾਬ ਦੀ ਰੱਖਿਆ ਤਾਂ ਨੌਜਵਾਨਾਂ ਨੇ ਕਰਨੀ ਆ। ਹਾਂ ਨੌਜਵਾਨਾਂ ਨੇ ਕਰਨੀ ਹੈ ਜੀ। ਹਾਂ ਹੁਣ ਪਤਾ ਜੀ, ਜਿਹੜੇ ਹੁਣ ਮੰਨ ਲਓ ਜਿਹਦਾ ਮੁੰਡਾ 18-20 ਸਾਲ ਦਾ ਹੋ ਗਿਆ, ਉਹ ਤਾਂ 50 ਸਾਲ ਤੋਂ ਉੱਤੇ ਟੱਪ ਗਿਆ ਜੀ ਜੀ, ਉਹਦੇ ਹੁਣ 10-20 ਸਾਲ ਉਹ ਤਾਂ 10-15 ਸਾਲ ਉਹ ਤਾਂ ਗੋਡੇ ਗਿੱਟੇ ਚੱਲਣੋ ਹੌਲੀ ਹੌਲੀ, ਉੱਥੇ ਜਿਹੜੇ ਗੋਡੇ ਗਿੱਟੇ ਉਹ ਚੱਲਣੋ ਬੰਦ ਹੋ ਜਾਣੇ ਆ ਜੀ ਜੀ। ਠੀਕ ਆ, ਅਸਲ ਤਾਂ ਨੌਜਵਾਨ ਹੀ ਲੜਨਾ ਜੋ ਲੜਨਾ ਜੀ ਜੀ ਅੱਗੇ। ਚੰਗਾ, ਇਹ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਲੜਨ ਦਾ ਤਰੀਕਾ ਕਿ ਤਿਆਰ ਹੀ ਹੁੰਦੇ ਆ। ਬਿਲਕੁਲ ਜੀ, ਬਿਲਕੁਲ ਬਿਲਕੁਲ ਜਿਹੜਾ ਲੜਨ ਦਾ ਤਰੀਕਾ ਆਪਾਂ ਹਮੇਸ਼ਾ ਜਾਗਰੂਕ ਰਹਿਣਾ, ਬਿਲਕੁਲ ਸਰਕਾਰਾਂ ਜਾਗਰੂਕ ਕਰਕੇ ਲੜਨਾ ਪੈਂਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ, ਜਿਹੜੇ ਤੁਹਾਡੇ ਹੱਕ ਆ ਉਹ ਹੱਕ ਸੌਖਿਆ ਲੈਣੇ ਬਹੁਤ ਔਖੇ ਆ। ਹੱਕਾਂ ਦੇ ਵਾਸਤੇ ਤੁਹਾਨੂੰ ਲੜਨਾ ਪੈਂਦਾ ਹੀ ਹੈ। ਅੱਜ ਦਾ ਇਤਿਹਾਸ ਨਹੀਂ ਗਾ ਇਹ, ਜਿੰਨਾ ਮਰਜ਼ੀ ਤੁਸੀਂ ਪਿਛਲਾ ਭਵਾਂ ਦੀ 500 ਸਾਲ ਦਾ 1000 ਸਾਲ ਦਾ ਇਤਿਹਾਸ ਚੱਕ ਕੇ ਦੇਖ ਲਓ, ਤੁਹਾਨੂੰ ਲੜਨਾ ਹੀ ਪੈਂਦਾ। ਅੱਛਾ ਜੀ, ਹੁਣ ਆਪਾਂ ਕਹਿੰਦੇ ਸਿਸਟਮ ਨਹੀਂ ਠੀਕ ਜੀ ਜੀ, ਹੁਣ ਆਪਾਂ ਸਿਸਟਮ ਠੀਕ ਆਪਣੇ 3.5 ਲੱਖ ਸਿਰ ਦੇ ਕੇ ਆਪਣਾ ਸਿੱਖ ਜਿਹੜੀ ਆਪਣੀ ਕੌਮ ਨੇ 3.5 ਲੱਖ ਸਿਰ ਦਿੱਤਾ ਜੀ ਜੀ, ਖੂਨ ਵਹਾਇਆ ਪੰਜਾਬ ਦੀ ਧਰਤੀ ਤੇ, ਫੇਰ ਇਹ ਧਰਤੀ ਸਰਜੀ ਆ ਜੀ 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 ਜੀ। ਤੇ ਹੁਣ ਕੋਈ ਆਪਣੀ ਕੋਈ ਘੁਲਾੜੀ ਚ ਬਾਹ ਆਈ ਆ ਜਾਂ ਕੋਈ ਆਪਣੇ ਕਿਸੇ ਨੂੰ ਉਂਗਲ ਦੀ ਚੋਟ ਆਈ ਹੋਵੇ ਕਿਸੇ ਨੂੰ, ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਸਿਸਟਮ ਲੋਟ ਆਪਾਂ ਆਪ ਕਰਨਾ ਇਹ ਸਰਕਾਰਾਂ ਤੋਂ, ਉਮੀਦ ਨਹੀਂ ਵੀ ਸਰਕਾਰਾਂ ਕਰਨਗੀਆਂ ਇਹ, ਇਹ ਕਰਾਉਣਾ ਆਪਾਂ ਸਰਕਾਰਾਂ ਤੋਂ। ਬਿਲਕੁਲ ਬਿਲਕੁਲ ਜੀ ਬਿਲਕੁਲ, ਪਹਿਲੇ ਨੰਬਰ ਤੇ ਜ਼ਿੰਮੇਵਾਰੀ ਸੋਸਾਇਟੀ ਦੀ ਆ, ਆਲਾ ਦੁਆਲਾ ਸੋਸਾਇਟੀ ਨੇ ਸਾਹਮਣਾ। ਹਾਂਜੀ ਹਾਂਜੀ, ਸੋਸਾਇਟੀ ਚ ਜਿਹੜੇ ਲੋਕ ਰਹਿੰਦੇ ਆ ਲੋਕਾਂ ਨੂੰ ਸੋਸਾਇਟੀ ਨੇ ਸਾਹਮਣਾ, ਸੋਸਾਇਟੀ ਨੇ ਗਾਈਡ ਕਰਨਾ। ਮੈਂ ਮੁੱਠੀ ਗੱਲ ਦੱਸਦਾ, ਕੁਛ ਆਪਾਂ ਨੂੰ ਵੇਅਰ, ਆਪਾਂ ਨੂੰ ਵੀ ਇੱਥੋਂ ਆਪਾਂ ਨੂੰ ਕਾਨੂੰਨਾਂ ਨੂੰ ਪਾਲਣਾ ਕਰਨੀ ਪੈਣੀ। ਹੁਣ ਆਪਾਂ ਇੱਥੋਂ ਘਰੋਂ ਨਿਕਲਦੇ ਆਪਾਂ ਕਦੇ ਪੰਜਾਬ ਚ ਕਿਸੇ ਸੀਟ ਬੈਲਟ ਨੀ ਲਾਈ ਹੋਣੀਗੀ ਜੀ ਜੀ, ਠੀਕ ਆ। ਆਪਾਂ ਉਹੀ ਬਣਨੇ, ਉਹੀ ਗੱਡੀ ਹੁੰਦੀ ਆ, ਉਹੀ ਆਪਾਂ ਨੇ ਚੰਡੀਗੜ੍ਹ ਵੜਦੇ ਆਪਾਂ ਸੀਟ ਬੈਲਟ ਲਾ ਲੈਂਦੇ ਆ ਜੀ ਜੀ ਜੀ, ਉੱਥੇ ਆਪਾਂ ਨੂੰ ਕਿਵੇਂ ਕਾਨੂੰਨ ਯਾਦ ਆ ਜਾਂਦੇ ਆ, ਉੱਥੇ ਕਿਵੇਂ ਸਿਸਟਮ ਸਹੀ ਕਰ ਲੈਂਦੇ ਆਪਾਂ ਜੀ 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 ਜੀ। ਇੱਕ ਦਿਨ ਕਿਤੇ ਆਪਾਂ ਵੀ ਦੋਸ਼ੀ ਆ ਇਸ ਚੀਜ਼ ਦੇ ਉੱਤੇ, ਆਪਾਂ ਨੂੰ ਆਪ ਨੂੰ ਸੁਧਾਰਨਾ ਪੈਣਾ ਇਹ ਕੁਛ ਚੀਜ਼ਾਂ। ਬਿਲਕੁਲ ਬਿਲਕੁਲ ਜੀ ਬਿਲਕੁਲ, ਇਹ ਤਾਂ ਗੱਲ ਹੈ ਹੀ ਆ। ਠੀਕ ਆ, ਸਰਕਾਰਾਂ ਬਹੁਤ ਮਾੜੀਆਂ, ਆਪਾਂ ਨਹੀਂ ਕਿ ਸਰਕਾਰਾਂ ਚੰਗੀਆਂ, ਹਾਂਜੀ, ਪਰ ਕੁਛ ਚੀਜ਼ ਆਪਾਂ ਨੂੰ ਵੀ ਲੋੜ ਆ, ਆਪਾਂ ਨੂੰ ਸਰਕਾਰਾਂ ਨੂੰ ਜਾਗਰੂਕ ਕਰਨਾ ਪੈਣਾ। ਸਿਸਟਮ ਠੀਕ ਹੈ ਨੀ ਗਾ ਪਰ ਸਿਸਟਮ ਠੀਕ ਆਪਾਂ ਨੂੰ ਹੀ ਕਰਨਾ ਪੈਣਾ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ, ਇਹ ਸਾਰਿਆਂ ਦਾ ਟੀਮ ਵਰਕ ਹੈ ਜੀ, ਜੇ ਸਾਰੇ ਮਿਲ ਕੇ ਚੱਲਣਗੇ ਤਾਂ ਸਿਸਟਮ ਸੁਧਰ ਵੀ ਜਾਊਗਾ, ਹੋ ਵੀ ਜਾਊ ਸਾਰਾ ਕੁਛ ਪੋਸੀਬਲ। ਹਾਂ ਹਾਂ, ਇਹ ਸਿਸਟਮ ਆਪਣੇ ਤਾਂ ਹੀ ਸੂਤ ਹੋਣਾ ਜੀ, ਜੇ ਆਪਾਂ ਇੱਕ ਦੂਜੇ ਨੂੰ ਆਪ ਕਰਾਂਗੇ ਤਾਂ ਆਪਾਂ ਨੂੰ ਵੇਖੋ ਵੇਖੀ ਸਾਰਾ ਕੁਛ ਹੁੰਦਾ। ਜੇ ਆਪਾਂ ਨੂੰ ਹੁਣ ਵੇਖੋ ਵੇਖ ਆਪਾਂ ਬਾਹਰ ਜਾਈ ਜਾਂਦੇ ਆ ਤੇ ਵੇਖੋ ਵੇਖੀ ਆਪਣਾ ਸਿਸਟਮ ਠੀਕ ਹੋਣਾ ਜੀ 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 ਜੀ, ਠੀਕ ਆ। ਜਿਵੇਂ ਹੁਣ ਮੰਨ ਕੇ ਚੱਲੋ ਸਾਡੇ ਗੁਆਂਢੀ ਪਿੰਡ ਆ ਬਾਈ ਜੀ ਕਰਨ ਹੋਰੀ ਜੀ ਜੀ ਜੀ, ਖੰਨੇ ਘਟਾ ਵਾਲੇ। ਅੱਛਾ, ਕਰਨ ਔਲਖ ਤੁਹਾਡੇ ਗੁਆਂਢੀ ਆ? ਬਿਲਕੁਲ ਜੀ ਬਿਲਕੁਲ, ਜੇ ਤੁਸੀਂ ਸਿੱਧੀ ਸਾਫ ਨੀਤ ਨਾਲ ਕਰੋਗੇ ਖੇਤੀ ਤੇ, ਮੈਨੂੰ ਤਾਂ ਨੀ ਲੱਗਦਾ ਕੋਈ ਬੰਦਾ ਭੁੱਖਾ ਮਰਦਾ ਗਾ। ਜ਼ਮੀਨ ਆ ਜਿਹੜੀ ਖਾਲੀ ਪਈ ਵੀ ਤੁਹਾਨੂੰ ਕਮਾਈ ਦੇ ਜਾਂਦੀ ਆ, ਇਹ ਆਪਣੇ ਬਜ਼ੁਰਗਾਂ ਦਾ ਕਹਿਣਾ। ਇੱਕ ਦਿਨ ਮੈਂ ਘਰੇ ਜਾ ਵੜਿਆ ਉਹਦੇ ਜੀ ਭਾਈ ਦੇ ਕਰਨ ਦੇ, ਅੱਛਾ ਉਹਦਾ ਛੋਟਾ ਜਿਹਾ ਬੇਟਾ ਟਰੈਕਟਰ ਨਾਲ ਖੇਡੀ ਜਾਵੇ ਜੀ, ਉਹਨੂੰ ਪਤਾ ਲੱਗ ਜੂ ਵੀ ਸਾਡਾ ਹੁਣ ਉਹਨੂੰ ਜੇ ਨਿੱਕਾ ਜਿਹਾ ਬੱਚਾ ਟਰੈਕਟਰ ਨਾਲ ਖੇਡੂ ਉਹਨੂੰ ਪਤਾ ਲੱਗੂ ਸਾਡੇ ਟਰੈਕਟਰ ਕੀ ਹੈ, ਸਾਡੀ ਖੇਤੀ ਕੀ ਆ। ਜੇ ਉਹੀ ਬਾਹਰ ਹੁੰਦਾ ਉਹਨੂੰ ਕੀ ਪਤਾ ਲੱਗਣਾ ਸੀਗਾ ਜੀ 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 ਜੀ, ਬਿਲਕੁਲ, ਖੇਤੀ ਕੀ ਆ ਤੇ ਟਰੈਕਟਰ ਕੀ ਹੁੰਦੇ ਆ। ਬਿਲਕੁਲ ਬਾਈ ਜੀ, ਬਿਲਕੁਲ ਬਿਲਕੁਲ, ਇਹ ਤਾਂ ਗੱਲ ਹੈ। ਹਾਂ ਹਾਂ ਹਾਂ, ਤੇ ਹੋਰ ਕੋਈ ਗੱਲਬਾਤ ਬਾਈ? ਬਸ ਇਹੀ ਗੱਲਾਂ ਕਰਨੀਆਂ ਸੀਗੀਆਂ ਵੀ ਆਪਾਂ ਨੂੰ ਸਮਝਣ ਦੀ ਲੋੜ ਆ ਮੇਨ, ਜਿਹੜੀ ਸਭ ਤੋਂ ਵੱਡੀ ਗੱਲ ਆ। ਬਿਲਕੁਲ ਬਿਲਕੁਲ ਬਿਲਕੁਲ, ਨਹੀਂ ਕੋਈ ਗੱਲ ਨਹੀਂ ਬਾਈ, ਤੁਹਾਡਾ ਜਿਹੜਾ ਸੁਨੇਹਾ ਮੈਂ ਜ਼ਰੂਰ ਆਪਦੇ ਚੈਨਲ ਤੇ ਲੋਕਾਂ ਦੇ ਧਿਆਨ ਦੇ ਵਿੱਚ, ਜਿਹੜੀ ਪੰਜਾਬ ਦੀ ਆਵਾਮ ਹੈ ਉਹਦੇ ਧਿਆਨ 'ਚ ਜ਼ਰੂਰ ਲੈ ਕੇ ਆਊਂਗਾ। ਹਾਂਜੀ ਹਾਂਜੀ ਹਾਂਜੀ, ਵਧੀਆ, ਇੰਨੇ ਵਿਚਾਰ ਦਿੱਤੇ, ਟਾਈਮ ਕੱਢਿਆ, ਫੋਨ ਕੀਤਾ, ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਆ ਬਾਈ, ਕੋਈ ਨਹੀਂ, ਹਾਂਜੀ ਗੱਲ, ਹਾਂਜੀ ਹਾਂਜੀ।
ਠੀਕ ਆ, ਓਕੇ, ਥੈਂਕ ਯੂ, ਚੰਗਾ ਬਾਈ, ਸਤਿ ਸ਼੍ਰੀ ਅਕਾਲ, ਓਕੇ ਬਾਈ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ, ਸ਼ੁਕਰੀਆ, ਠੀਕ ਹੈ।